ਹਰ ਸਟੀਵ ਦੇਖ ਰਹੇ ਹੋ, ਮੈਂ ਰਾਹੁਲ ਕਾਲਾ। ਹੈਡਲਾਈਨਸ ਲੈ ਕੇ ਅੱਜ ਦੀਆਂ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਵਿਚਾਰ 'ਤੇ। ਸੱਚਾਈ ਅਤੇ ਅੱਛਾਈ ਦੀ ਭਾਲ ਲਈ ਭਾਵੇਂ ਦੁਨੀਆ ਘੁੰਮ ਲਵੋ, ਜੇ ਆਪਣੇ ਵਿੱਚ ਨਹੀਂ ਤਾਂ ਕਿਤੇ ਵੀ ਨਹੀਂ ਮਿਲਦੀ। ਹੁਣ ਨਜ਼ਰ ਮਾਰਦੇ ਹੈਡਲਾਈਨਸ 'ਤੇ। ਲੋਕ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਖਿੱਚੀ ਤਿਆਰੀ। ਅੱਜ ਮੋਗਾ ਅਤੇ ਜਲੰਧਰ ਦੇ ਵਿੱਚ ਹੋਵੇਗੀ ਵਲੰਟੀਅਰ ਮਿਲਣੀ। ਸੀਐਮ ਭਗਵੰਤ ਮਾਨ ਆਪ ਵਰਕਰਾਂ ਦੇ ਨਾਲ ਕਰਨਗੇ ਮੁਲਾਕਾਤ। ਐਮਪੀ ਸੰਦੀਪ ਪਾਠਕ ਵੀ ਰਹਿਣਗੇ ਮੌਜੂਦ। ਸੁਖਬੀਰ ਸਿੰਘ ਬਾਦਲ ਨੇ ਪਾਰਟੀ ਲੀਡਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ। ਜਸਪਾਲ ਸਿੰਘ ਗਿਆਸਪੁਰਾ ਨੂੰ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਲਗਾਇਆ। ਜਗਬੀਰ ਸਿੰਘ ਸੋਖੀ ਨੂੰ ਆਤਮਨਗਰ ਵਿਧਾਨ ਸਭਾ ਹਲਕੇ ਦਾ ਇੰਚਾਰਜ। ਵਿਪਨ ਕੁਮਾਰ ਕਾਕਾ ਇਸ ਨੂੰ ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ। ਪੰਜਾਬ ਸਰਕਾਰ ਨੇ ਭਾਸ਼ਣਾਂ ਨੂੰ ਲੈ ਕੇ ਜਾਰੀ ਕੀਤੇ ਹੁਕਮ। ਕਿਸੇ ਵੀ ਭਾਈਚਾਰੇ ਦੇ ਖਿਲਾਫ ਨਫ਼ਰਤ ਭਰਿਆ ਭਾਸ਼ਣ ਦੇਣ 'ਤੇ ਹੋਵੇਗੀ ਕਾਰਵਾਈ। ਲੁਧਿਆਣਾ ਪੁਲਿਸ ਨੇ ਜਾਰੀ ਕੀਤੇ ਹੁਕਮ। ਪੈਸੇ ਜਮ੍ਹਾਂ ਕਰਵਾਉਣ ਦੇ ਲਈ ਹੁਣ ਬੈਂਕ ਨਹੀਂ ਜਾਣ ਦੀ ਪਵੇਗੀ ਲੋੜ। UPI ਦੀ ਮਦਦ ਦੇ ਨਾਲ ATM 'ਚ ਜਮ੍ਹਾਂ ਕਰਵਾ ਸਕੋਗੇ ਪੈਸੇ। RBI ਜਲਦ ਦੇਵੇਗਾ ਨਕਦੀ ਜਮ੍ਹਾਂ ਕਰਵਾਉਣ ਦੀ ਸਹੂਲਤ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੀਤਾ ਐਲਾਨ। ਕਪੂਰਥਲਾ ਪੁਲਿਸ ਦੇ CIA ਸਟਾਫ ਨੂੰ ਮਿਲੀ ਵੱਡੀ ਕਾਮਯਾਬੀ। ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ। ਗ੍ਰਿਫਤਾਰ ਵਿਅਕਤੀਆਂ ਦੇ ਕੋਲੋਂ 7 ਪਿਸਟਲ, 300 ਗ੍ਰਾਮ ਹੈਰੋਇਨ ਬਰਾਮਦ। ਨਿਸ਼ਾਨ ਇਹ ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ ਖਡੂਰ ਸਾਹਿਬ ਦੇ ਵਿਦਿਆਰਥੀ ਨੇ ਵਧਾਇਆ ਮਾਣ। ਸਹਿਜਪ੍ਰੀਤ ਸਿੰਘ ਨੇ ਪਾਸ ਕੀਤੀ NTE ਦੀ ਪ੍ਰੀਖਿਆ। ਦੇਸ਼ ਭਰ 'ਚੋਂ ਹਾਸਲ ਕੀਤਾ 7ਵਾਂ ਸਥਾਨ। ਪੰਜਾਬ 'ਚ 8 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ। ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਸਮੇਤ ਸਰਕਾਰੀ ਦਫ਼ਤਰ ਰਹਿਣਗੇ ਬੰਦ। ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਰਕਾਰ ਨੇ ਐਲਾਨ ਕੀਤੀ ਛੁੱਟੀ। ਤਰਨ ਤਾਰਨ ਦੇ ਵਲਟੋਹਾ 'ਚ ਸ਼ਰਮਸਾਰ ਹੋਈ ਮਨੁੱਖਤਾ। ਗੁਆਂਢੀ ਨੇ ਔਰਤ ਨੂੰ ਕੁੱਟਮਾਰ ਕਰਕੇ ਬਿਨਾਂ ਕੱਪੜੇ ਗਲੀ 'ਚ ਘੁਮਾਇਆ, ਵੀਡੀਓ ਕੀਤੀ ਵਾਇਰਲ। ਪੀੜਤਾ ਦੇ ਮੁੰਡੇ ਵੱਲੋਂ ਗੁਆਂਢੀਆਂ ਦੀ ਕੁੜੀ ਦੇ ਨਾਲ ਪ੍ਰੇਮ ਵਿਆਹ ਦੀ ਸੀ ਰੰਜਿਸ਼। ਮਾਨਸਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ। ਗ੍ਰਿਫਤਾਰ ਕਰਨਗੇ ਪੁਲਿਸ ਪਾਰਟੀ ਅਤੇ ਬਦਮਾਸ਼ਾਂ ਨੇ ਕੀਤੀ ਫਾਇਰਿੰਗ। ਇੱਕ ਗੈਂਗਸਟਰ ਹੋਇਆ ਜ਼ਖਮੀ। 2 ਦਿਨ ਪਹਿਲਾਂ ਮਾਨਸਾ ਦੇ ਮੈਡੀਕਲ ਸਟੋਰ 'ਤੇ ਇਹਨਾਂ ਨੇ ਕੀਤਾ ਸੀ ਹਮਲਾ। ਸੜਕ ਹਾਦਸੇ ਨੇ ਖੋਇਆ ਮਾਪਿਆਂ ਦਾ ਇਕਲੌਤਾ ਪੁੱਤ। ਅਣਪਛਾਤੇ ਵਾਹਨ ਦੇ ਨਾਲ ਹੋਈ ਟੱਕਰ। ਮੋਟਰਸਾਈਕਲ ਦੀ ਟੱਕਰ ਦੇ ਨਾਲ ਬਾਈਕ ਸਵਾਰ ਨੌਜਵਾਨ ਦੀ ਮੌਕੇ 'ਤੇ ਹੋਈ ਮੌਤ। ਹਰਮਨਜੀਤ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ। ਕੋਟਕਪੁਰਾ ਨੇੜੇ ਪਿਕਅਪ ਗੱਡੀ ਅਤੇ ਟਰਾਲੇ ਦੇ ਵਿਚਾਲੇ ਜ਼ਬਰਦਸਤ ਟੱਕਰ। 2 ਮਹਿਲਾ ਸਣੇ 5 ਲੋਕਾਂ ਦੀ ਮੌਤ, 8 ਗੰਭੀਰ ਜ਼ਖਮੀ। ਸੁਖਦੇਵ ਰਾਜ, ਲਵਪ੍ਰੀਤ, ਕਰਮਜੀਤ ਕੌਰ, ਦੀਪਕ ਕੁਮਾਰ ਅਤੇ ਕਰਮਜੀਤ ਕੌਰ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ। ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਕਾਂਗਰਸ ਪਾਰਟੀ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ। 25 ਦਿੱਤੀਆਂ ਗਰੰਟੀਆਂ। ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ ਅਤੇ ਮਹਿਲਾਵਾਂ ਨੂੰ 1 ਲੱਖ ਰੁਪਏ ਸਲਾਨਾ ਦੇਣ ਦਾ ਕੀਤਾ ਐਲਾਨ। 400 ਰੁਪਏ ਕੀਤੀ ਜਾਵੇਗੀ ਮਨਰੇਗਾ ਮਜ਼ਦੂਰੀ। MSP ਨੂੰ ਦਿੱਤਾ ਜਾਵੇਗਾ ਕਾਨੂੰਨੀ ਦਰਜਾ। ਸੀਨੀਅਰ ਅਕਾਲੀ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਰਵਨੀਤ ਸਿੰਘ ਬਿੱਟੂ ਨੂੰ ਦੋਟੂ। ਕਿਹਾ ਕਦੇ PM ਮੋਦੀ ਦੇ ਖਿਲਾਫ਼ ਬੋਲਣ ਵਾਲਾ ਬਿੱਟੂ ਅੱਜ ਗਾ ਰਿਹਾ ਮੋਦੀ ਦੇ ਸੋਹਲੇ। ਚਾਹੇ ਬਿੱਟੂ ਭਾਜਪਾ 'ਚ ਚਲਾ ਜਾਏ ਪਰ ਸਾਕਾ ਨੀਲਾ ਤਾਰਾ ਦਾ ਜ਼ਿੰਮੇਵਾਰ ਇਹ ਖੁਦ ਵੀ ਹੈ। ਸਾਰੇ ਝੂਠੇ ਪੁਲਿਸ ਮੁਕਾਬਲੇ ਬੇਅੰਤ ਸਿੰਘ ਵੇਲੇ ਹੀ ਹੋਏ ਨੇ। ਦਿੱਲੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਆਤਿਸ਼ੀ ਸਿੰਘ ਦੀਆਂ ਵਧੀਆਂ ਮੁਸ਼ਕਲਾਂ। ਚੋਣ ਕਮਿਸ਼ਨ ਨੇ ਆਤਿਸ਼ੀ ਨੂੰ ਭੇਜਿਆ ਨੋਟਿਸ। ਅੱਜ 6 ਅਪ੍ਰੈਲ ਸ਼ਾਮ 5 ਵਜੇ ਤੱਕ ਮੰਗਿਆ ਜਵਾਬ। ਖੁਦ ਇਹਨਾਂ ਨੇ ਦਾਅਵਾ ਕੀਤਾ ਸੀ ਕਿ BJP ਨੇ ਮੈਨੂੰ ਜੁਆਇਨ ਕਰਨ ਦੀ ਕੀਤੀ ਪੇਸ਼ਕਸ਼ ਅਤੇ ਨਾਲ ਦਿੱਤੀ ਧਮਕੀ। ਇਸ ਮਾਮਲੇ 'ਚ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮਹਿੰਦਰ ਸਿੰਘ ਲੱਕੀ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ। ਹਾਈਕੋਰਟ ਵੱਲੋਂ ਲੱਕੀ ਦੀ ਸੁਰੱਖਿਆ 'ਚ ਤੁਰੰਤ ਹਥਿਆਰਬੰਦ ਪੁਲਿਸ ਮੁਲਾਜ਼ਮ ਤੈਨਾਤ ਕਰਨ ਦੇ ਦਿੱਤੇ ਗਏ ਹੁਕਮ। ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਕਿਹਾ ਇੱਕ ਪਾਕਿਸਤਾਨੀ ਨੰਬਰ ਤੋਂ ਮਿਲੀਆਂ ਸੀ ਧਮਕੀਆਂ। ਕੈਨੇਡਾ 'ਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਪੰਜਾਬੀ ਨੂੰ ਲੱਗਿਆ ਵੱਡਾ ਝਟਕਾ। IRCC ਨੇ ਬਿਨੈਕਾਰਾਂ ਲਈ ਫੀਸ 'ਚ ਵਾਧੇ ਦਾ ਕੀਤਾ ਐਲਾਨ। ਸਥਾਈ ਨਿਵਾਸ ਫੀਸ ਦੇ ਵਿੱਚ ਕੀਤਾ 12% ਦਾ ਵਾਧਾ। 30 ਅਪ੍ਰੈਲ ਨੂੰ ਲਾਗੂ ਹੋਣਗੀਆਂ ਨਵੀਆਂ ਦਰਾਂ। ਹੈਡਲਾਈਨਸ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।